ਹਾਂਜੀ ਕਿੱਦਾਂ ਸਾਰੇ ਤੇ ਵੀਡੀਓ ਆ ਜੀ ਇੱਕ ਤੇ ਸ਼ੇਅਰ ਤੁਹਾਨੂੰ ਕਰਨੀ ਪੈਣੀ ਆ ਇਹ ਆ ਜੀ ਸਾਡਾ ਪੰਜਾਬ ਇਹ ਜੋ ਤੁਸੀਂ ਲਾਲ ਲਾਲ ਦੇਖ ਰਹੇ ਆ ਇਹ ਸਾਡਾ ਪੰਜਾਬ ਸੀ ਹੈ ਨਹੀਂ ਸੀ ਜੋ ਕਿ ਹੁਣ ਛੋਟਾ ਜਿਹਾ ਟੁਕੜਾ ਬਣਾ ਦਿੱਤਾ ਤੇ ਕਿਹ ਖਬਰ ਹੋਰ ਦੇ ਦਵਾਂ ਜੰਮੂ ਕਸ਼ਮੀਰ ਦੀ ਆਈ ਆ ਤਾਜ਼ਾ ਤਾਜ਼ਾ ਉਹ ਵੀ ਸੁਣਾ ਦਿਨਾ ਤੇ ਇਸ ਪੰਜਾਬ ਦੀ ਖਾਤਰ ਸ਼ਹੀਦੀਆਂ ਕਈਆਂ ਨੇ ਦਿੱਤੀਆਂ ਪਰ ਬਦਕਿਸਮਤੀ ਚਲੋ ਅਸੀਂ ਤਾਂ ਸ਼ਹੀਦੀ ਕੀ ਦੇਣੀ ਸਾਨੂੰ ਚਿੱਤ ਚੇਤੇ ਹੀ ਨਹੀਂ ਬਈ ਉਹਨਾਂ ਨੇ ਸਾਡੇ ਲਈ ਸ਼ਹੀਦੀਆਂ ਦਿੱਤੀਆਂ ਸੀ ਉਹਨਾਂ ਨੂੰ ਯਾਦ ਹੀ ਕਰ ਲਈਏ ਸਾਡੇ ਕੋ ਤਾਂ ਇੰਨਾ ਸਮਾਂ ਹੈ ਨਹੀਂ ਸਾਡੇ ਸਾਡੇ ਯੂਥ ਕੋ ਪਤਾ ਕੀ ਆ ਪਈ ਇੱਕ ਦਿਨ ਚਾਰ ਪੰਜ ਕਲਾਕਾਰਾਂ ਦੇ ਗਾਣੇ ਆਉਂਦੇ ਆ ਮਾਰਕੀਟ 'ਚ ਲਾਈਕ ਕਰੋ ਇਹਦਾ ਵਧੀਆ ਕਮੈਂਟ ਕਰੋ ਤਾਂ ਇਹਦਾ ਵਧੀਆ ਇੱਚੇ ਲੜੀ ਜਾਂਦੇ ਆ ਹੱਦਿਆ ਯਾਰ ਹਟ ਦੂ ਲਾਂਹ ਤੇ ਐਦਾਂ ਦਿਆਂ ਦੇ ਤੇ ਦਿਖਾਉਣਾ ਤੁਹਾਨੂੰ ਤੇ ਅੱਜ ਦੇ ਦਿਨ ਸ਼ਹੀਦ ਹੋਏ ਸੀ ਕੌਣ ਸ਼ਹੀਦ ਹੋਏ ਸੀ ਦਿਖਾਉਣਾ ਤੁਹਾਨੂੰ ਸਾਡੇ ਪੰਜਾਬ ਦੀ ਖਾਤਰ ਕੁਮਾਰ ਜੀ ਅੱਜ ਦੇ ਦਿਨ 74 ਦਿਨ ਭੁੱਖ ਹੜਤਾਲ ਰੱਖੀ ਇੱਕ ਫਤੇ ਸਿੰਘ ਹੁੰਦੇ ਸੀ ਉਹਨੇ ਭੁੱਖ ਹੜਤਾਲ ਰੱਖੀ ਇੰਦਰਾ ਗਾਂਧੀ ਨੇ ਮਨਾ ਲਿਆ 10 ਦਿਨ ਭੁੱਖ ਹੜਤਾਲ ਰੱਖੀ ਅਰਦਾਸ ਕਰਕੇ ਭੁੱਖ ਹੜਤਾਲ ਰੱਖੀ ਸੀ ਉਹਨਾਂ ਨੇ ਤੇ ਤੋੜਤੀ 10 ਦਿਨਾਂ ਚ ਮਨਾ ਲਿਆ ਸੀ ਮਿੱਠੀਆਂ ਗੱਲਾਂ ਚ ਦਰਸ਼ਨ ਸਿੰਘ ਫੇਰੂਮਾਨ ਜੀ ਨੂੰ 12 ਅਗਸਤ ਨੂੰ ਚੱਕਿਆ ਪੁਲਿਸ ਨੇ ਇਹ ਪੈਸੇ ਇਹਨਾਂ ਦੀ ਹੋਰ ਕਿਤੇ ਦੀ ਤਸਵੀਰ ਹੈ ਮਤਲਬ ਭਈ ਸ਼ੁਰੂ ਤੋਂ ਹੀ ਜਿਨ੍ਹਾਂ ਚ ਸੀਪ ਵੀ ਕੁਝ ਕਰਨਾ ਆਪਣੀ ਦੇਸ਼ ਕੌਮ ਲਈ ਮਿੱਟੀ ਲਈ 15 ਅਗਸਤ ਨੂੰ ਭੁੱਖ ਹੜਤਾਲ ਰੱਖੀ 27 ਅਗਸਤ ਨੂੰ ਹਸਪਤਾਲ ਦਾਖਲ ਕਰਾਤਾ ਸੀ ਪਰ ਕੁਛ ਖਾਦਾ ਪੀਤਾ ਨਹੀਂ ਕਹਿੰਦੇ ਅਰਦਾਸ ਕੀਤੀ ਉਹ ਸੱਚੇ ਪਾਤਸ਼ਾਹ ਦੀ ਚੜ੍ਹਦੀ ਕਲਾ ਲਈ ਤੇ ਫਤਿਹ ਸਿੰਘ ਨੇ ਤੋੜਤੀ ਹੜਤਾਲ ਤੇ ਤੋੜਦੀ ਕੋਈ ਚੱਕਰ ਨਹੀਂ 15 ਅਗਸਤ ਨੂੰ ਭੁੱਖ ਹੜਤਾਲ ਰੱਖੀ ਤੇ 27 ਅਕਤੂਬਰ 1969 ਨੂੰ ਸ਼ਹੀਦੀ ਦੇ ਗਏ ਸੀ 74 ਦਿਨ ਭੁੱਖੇ ਰਹੇ ਤੇ ਸ਼ਹੀਦ ਹੋ ਗਏ ਸੀ ਕਿਹਦੇ ਲਈ ਸਾਡੇ ਲਈ ਕੋਈ ਉਹਨਾਂ ਦੇ ਘਰ ਦੀ ਗੱਲ ਨਹੀਂ ਸੀ ਸਾਡੇ ਲਈ ਪੰਜਾਬੀ ਸੂਬੇ ਲਈ ਚੰਡੀਗੜ੍ਹ ਲਈ ਸਾਨੂੰ ਹਈ ਹੀ ਨਹੀਂ ਚਿੱਤ ਜੇਤਾ ਹੀ ਨਹੀਂ ਯਾਰ ਸ਼ਹੀਦੀ ਦੇ ਗਿਆ ਦੇ ਗਿਆ ਮੌਤ ਆ ਗਈ ਆ ਗਈ ਭੁੱਖੇ ਰਹਿ ਗਏ 74 75 ਦਿਨ ਸਾਨੂੰ ਕੀ ਹਨਾ ਇਦਾਂ ਦੀ ਵੀਡੀਓ ਲਈ ਜੇ ਮੈਂ ਕਹਾਂ ਸ਼ੇਅਰ ਕਰੋ ਮੈਨੂੰ ਵੀ ਸ਼ਰਮ ਆਉਂਦੀ ਕਹਿੰਦੇ ਨੂੰ ਵੀ ਕਹਿਣਾ ਪੈਂਦਾ ਵੀ ਬਾਈ ਜਿਹਨਾਂ ਨੇ ਸਾਡੇ ਦੇ ਕੁਛ ਕੀਤਾ ਉਹਨਾਂ ਨੂੰ ਚਿੱਤੇ ਚਿੱਤੇ ਹੀ ਕਰ ਲਓ ਕੋਈ ਵੀ ਹੁਣ ਉੱਥੇ ਲੈਂਡ ਲੈ ਸਕਦਾ ਆ ਪਹਿਲਾਂ ਕਾਨੂੰਨ ਸੀ ਵੀ ਬਾਰੀ ਬੰਦਾ ਨਹੀਂ ਖਰੀਦ ਸਕਦਾ ਸੀ ਤੇ ਆ ਗਈ ਆ ਖਬਰ ਵੀ ਕੋਈ ਵੀ ਉੱਥੇ ਜਾ ਕੇ ਭਾਰਤ ਦੇਸ਼ ਦਾ ਵਾਸੀ ਕਿਸੇ ਵੀ ਪਰਦੇਸ਼ ਦਾ ਨਾਗਰਿਕ ਜੰਮੂ ਕਸ਼ਮੀਰ ਤੇ ਜਾ ਕੇ ਹੁਣ ਖਰੀਦ ਸਕਦਾ ਆ ਜਿਹੜਾ ਇਹਨੇ ਕਾਨੂੰਨ ਬਣਾਇਆ ਸੀ ਤੇ ਬਾਈ ਬਹੁਤ ਵੱਡੀਆਂ ਸਕੀਮਾਂ ਲੈ ਕੇ ਆਇਆ ਵਾ ਬਹੁਤ ਹੀ ਜ਼ਿਆਦਾ ਵੱਡੀਆਂ ਕਾਰੀ ਦੀਆਂ ਖਬਰਾਂ ਵੀ ਸਾਂਝੀਆਂ ਕਰ ਦਿੰਨੇ ਤੁਹਾਡੇ ਨਾਲ ਚੰਨ ਤੇ ਪਾਣੀ ਲੱਭ ਪਿਆ ਆ ਚੰਨ ਤੇ ਪਾਣੀ ਮਤਲਬ ਉਹਨੀ ਸ਼ੋਰਟ ਸ਼ਾਰਟ ਕਰਤਾ ਵੀ ਬਾਈ ਚੰਨ ਤੇ ਵੀ ਬਹੁਤ ਹੀ ਜ਼ਿਆਦਾ ਮਾਤਰਾ ਚ ਪਾਣੀ ਆ ਪਹਿਲਾਂ ਮਾਰਸ ਤੇ ਕਿਹਾ ਜਾਂਦਾ ਸੀਗਾ ਤੇ ਹੁਣ ਚੰਨ ਦਾ ਵੀ ਆ ਗਿਆ ਵੀ ਚੰਨ ਤੇ ਪਾਣੀ ਬਹੁਤ ਹੀ ਜ਼ਿਆਦਾ ਮਾਤਰਾ ਚ ਆ ਲੱਭਿਆ ਕਿਦਾਂ ਤੁਹਾਡੇ ਸਾਹਮਣੇ ਸਾਰੀ ਤਸਵੀਰ ਆ ਇਸ ਦੀ ਬਦੌਲਤ ਲੱਭਿਆ ਇਹਨੂੰ ਸੋਫੀਆ ਕਿਹਾ ਜਾਂਦਾ ਆ ਇਹ ਪਲੇਨ ਨੂੰ ਇਹ ਟੈਲੀਸਕੋਪ ਲੱਗਾ ਆ ਤੇ ਇਹਦੇ ਨਾਲ ਲੱਭਿਆ ਹੀ ਨਹੀਂ ਮਤਲਬ ਚੰਨ ਤੇ ਕੋਈ ਯੰਤਰ ਨਹੀਂ ਭੇਜਿਆ ਉਹਦੇ ਉੱਤੇ ਨਹੀਂ ਗਿਆ ਕੋਈ ਇੱਥੇ ਸਾਰਾ ਕੁਝ ਲਿਖਿਆ ਆ ਹਨਾ ਵੀ ਕਿੱਦਾਂ ਲੱਭਿਆ ਹੀ ਨਹੀਂ ਤੇ ਸੋ ਨਵੀਂ ਖਬਰ ਇਹ ਆਈ ਆ ਚੰਨ ਤੇ ਪਾਣੀ ਲੱਭ ਪਿਆ ਆ ਤੇ ਬਹੁਤ ਹੀ ਜ਼ਿਆਦਾ ਮਾਤਰਾ ਚ ਮਤਲਬ ਹੱਥਾਂ ਪੈਰਾਂ ਦੀ ਪਾਈਓ ਪਈ ਆ ਸਰਕਾਰਾਂ ਨੂੰ ਕਿਹਨੇ ਮਧੋੜੀਆਂ ਨੇ ਹਾਂਜੀ ਸਹੀ ਸੁਣਿਆ ਤੁਸੀਂ ਮਤਲਬ ਮਧੋੜੀਆਂ ਨੇ ਹੱਥਾਂ ਪੈਰਾਂ ਦੀ ਪਾਈ ਆ ਇੱਕ ਮਧੋੜੀ ਆ ਜੀ ਉਹ ਬੰਦੇ ਮਾਰ ਦਿੰਦੀ ਆ ਬੰਦੇ ਮਾਰ ਮਧੋੜੀ ਉਹ ਕੈਨੇਡਾ ਅਮਰੀਕਾ ਦੇ ਬਾਰਡਰ ਤੇ ਲੱਭੀ ਆ ਤੇ ਉਹਨੂੰ ਉਹਦਾ ਜਿਹੜਾ ਛੱਤਾ ਆ ਪਰ ਰਾਣੀ ਅਜੇ ਵੀ ਕਾਬੂ ਨਹੀਂ ਆਈ ਜਿਹੜੀ ਮਧੋੜੀਆਂ ਦੀ ਰਾਣੀ ਹੁੰਦੀ ਆ ਇਹ ਕੋਈ ਨਹੀਂ ਕਾਬੂ ਆਈ ਬਾਕੀ ਸਾਰੀਆਂ ਮਧੋੜੀਆਂ ਨਹੀਂ ਚੱਕ ਲਈਆਂ ਤੇ ਕਾਬੂ ਕਿਦਾਂ ਕੀਤੀਆਂ ਤੁਹਾਨੂੰ ਦਿਖਾਉਣਾ ਵੀ ਫਿਲਮੀ ਸਟੋਰੀ ਏਂ ਓਂਗਾ ਮਤਲਬ ਦੋ ਤਿੰਨ ਮਧੋੜੀਆਂ ਆਪਣੇ ਛੱਤੇ ਤੋਂ ਬਾਹਰ ਕਿਤੇ ਗਈਆਂ ਤੇ ਨਾ ਨੇ ਉਸ ਨੂੰ ਸਟਰਾਬਰੀ ਮਤਲਬ ਜੈਮ ਦੇ ਨਾਲ ਕਿਸੇ ਤਰ੍ਹਾਂ ਕੀਤਾ ਅਟਰੈਕਟ ਕੀਤਾ ਤੇ ਤਿੰਨ ਮਧੋੜੀਆਂ ਕਾਬੂ ਆਈਆਂ ਅਮਰੀਕਾ ਵਾਲਿਆਂ ਦੇ ਤੇ ਉਹਨਾਂ ਨੇ ਮਧੋੜੀਆਂ ਨੂੰ ਉਹਨਾਂ ਨੂੰ ਕੀ ਕੀਤਾ ਤੇ ਉਹਨਾਂ ਦੇ ਛੱਤੇ ਤੱਕ ਕਿੱਦਾਂ ਪਹੁੰਚੇ ਇਹ ਮਧੋੜੀ ਇਦਾਂ ਦੀ ਆ ਬੰਦੇ ਦੇ ਲੜ ਜੂਵੇ ਬੰਦਾ ਮਰ ਜਾਂਦਾ ਆ ਤੇ ਵੈਕਿਊਮ ਨਾਲ ਉਹਨਾਂ ਦੇ ਉੱਥੇ ਜਾ ਕੇ ਜਿੱਥੇ ਜਿਹੜੇ ਦਰਖਤ ਤੇ ਛੱਤਾ ਸੀ ਮਧੋੜੀਆਂ ਦਾ ਸਾਰੀਆਂ ਖਿੱਚ ਲਈਆਂ ਤੇ ਇਹਨਾਂ ਨੂੰ ਕਿ ਚੱਕਿਆ ਕਿੱਦਾਂ ਦਿਖਾਉਣਾ ਤੁਹਾਨੂੰ ਕੀ ਚੱਕਣਾ ਆਇਆ ਦੇਖ ਲਓ ਮਧੋੜੀਆਂ ਮਧੋੜੀਆਂ ਨੇ ਅੱਤਵਾਦਾਂ ਦੀ ਪਾਈ ਹੋ ਸੀ ਅਮਰੀਕਾ ਵਾਲਿਆਂ ਨੂੰ 50 60 ਆਣੇ ਆਏ ਮਧੋੜੀਆਂ ਨੂੰ ਚੱਕਣ ਲਈ ਇਹ ਤੁਹਾਡੇ ਸਾਹਮਣੇ ਆ ਵੀ ਦੇਖ ਕੇ ਡਰ ਹੀ ਲੱਗਦਾ ਇਹ ਨਹੀਂ ਪਾਇਆ ਕੀ ਆ ਵੀ ਕੀ ਚੱਕਣਾ ਏ ਇਦਾਂ ਦਾ ਹਨਾ ਕਿਹੜੀ ਖਤਰਨਾਕ ਚੀਜ਼ ਚੱਕਣ ਆਇਆ ਤੇ ਆਹ ਦੇਖ ਲਓ ਜੀ ਤੇ ਉਹ ਛੱਤੇ ਚੋਂ ਮਧੋੜੀਆਂ ਨੂੰ ਖਿੱਚ ਕੇ ਵੈਕਿਊਮ ਕਲੀਨਰ ਨਾਲ ਸਾਰਾ ਕੁਝ ਤੇ ਚੱਕ ਕੇ ਲੈ ਗਏ ਆ ਇਹ ਮਧੋੜੀਆਂ ਬੰਦੇ ਮਾਰ ਮਧੋੜੀਆਂ ਆ ਤੇ ਅੱਗੇ ਦਿਖਾਉਣਾ ਤੁਹਾਨੂੰ ਗਈਆਂ ਸੀ ਹਨਾ ਵੀ ਛੱਤੇ ਤੋਂ ਬਾਹਰ ਆਈਆਂ ਉੜਦੀਆਂ ਉੜਦੀਆਂ ਤੇ ਇਹਨੇ ਕੀ ਕੀਤਾ ਦੋ ਮਤੋੜੀਆਂ ਸੀ ਉਹਨਾਂ ਨੇ ਤਾਂ ਤੋੜ ਲਿਆ ਸੀ ਇਹ ਟਰੈਕਰ ਜੇ ਇਹ ਨਹੀਂ ਲਾਇਆ ਸੀ ਇਹਨਾਂ ਨੂੰ ਆ ਦੇਖ ਸਕਦੇ ਆ ਤੁਸੀਂ ਤੇ ਇਹਨਾਂ ਨੂੰ ਟਰੈਕ ਕੀਤਾ ਵੀ ਜਾਂਦੀਆਂ ਕਿੱਥੇ ਇਹਨਾਂ ਦਾ ਛੱਤਾ ਕਿੱਥੇ ਛੱਤਾ ਚੱਕੋ ਸਾਰਾ ਹੀ ਹਨਾ ਤੇ ਮਤਲਬ ਭਈ ਤੇ ਫੇਰ ਇਹਨੇ ਟਰੈਕ ਕੀਤਾ ਇਹਦੇ ਥਰੂ ਵੀ ਕਿੱਧਰ ਨੂੰ ਉੜੀ ਜਾਂਦੀਆਂ ਸਾਰਾ ਉਹਨੂੰ ਪਿੱਛੇ-ਪਿੱਛੇ ਗਏ ਤੇ ਛੱਤਾ ਲੱਭਿਆ ਤੇ ਛੱਤੇ ਜੋ ਸਾਰੀਆਂ ਚੱਕ ਲੈਂਦੀਆਂ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਤੇ ਜਿਹੜੀ ਰਾਣੀ ਆ ਉਹ ਅਜੇ ਵੀ ਨਹੀਂ ਕਾਬੂ ਆਈ ਅਜੇ ਵੀ ਅਮਰੀਕਾ ਦੀ ਸਰਕਾਰ ਨੂੰ ਖਤਰਾ ਆ ਇਹ ਕੋ ਮਜ਼ਾਕ ਵਾਲੀ ਗੱਲ ਨਹੀਂ ਸੀਰੀਅਸ ਗੱਲ ਆ ਵੀ ਇਹ ਮਧੋੜੀਆਂ ਬਹੁਤ ਹੀ ਜ਼ਿਆਦਾ ਖਤਰਨਾਕ ਆ ਵੀ ਆਪਣੇ ਪਿੰਡਾਂ ਚ ਤਾਂ ਤੁਹਾਨੂੰ ਪਤਾ ਹੀ ਆ ਸਾਡੀਆਂ ਅੱਖਾਂ ਔਖਾਂ ਸੁਝਾ ਦਿੰਦੀਆਂ ਸੀ ਪਰ ਇਹ ਹੋ ਰਹੀ ਚੀਜ਼ ਆ ਪਤੰਦਰ ਦੀ ਬੰਦੇ ਹੀ ਮਾਰਦੀ ਆ ਲੜ ਗਈ ਤੇ ਬੰਦਾ ਮਰ ਗਿਆ ਸਮਝੋ ਮਤਲਬ ਦੇਖ ਸਕਦੇ ਆ ਤੇ ਇਦਾਂ ਇਹਨਾਂ ਨੂੰ ਹੀ ਨਹੀਂ ਚੱਕਿਆ ਵੀ ਕਾਬੂ ਕੀਤਾ ਹੋਰ ਦਿਖਾਉਣਾ ਤੁਹਾਨੂੰ ਤੇ ਬਾਈ ਇੱਕਾ ਤਾਂ ਮੈਂ ਕਹਾਂ ਮਸਲਮ ਭਾਈ ਚਾਰੇ ਚ ਆ ਆ ਸਾਰੇ ਜਿੰਨੇ ਵੀ ਪ੍ਰੋਡਕਟ ਆ ਤੁਹਾਨੂੰ ਦਿਖਾਉਣਾ ਬਨ ਬਾਈ ਬਨ ਦੇਖ ਲਿਓ ਪਹਿਲੇ ਇਧਰੋਂ ਸ਼ੁਰੂ ਕਰਦੇ ਆ ਔਰਤਾਂ ਦੇ ਸਾਜੋ ਸਮਾਨ ਤੋਂ ਜਿਨ੍ਹਾਂ ਨੂੰ ਵੇਚ ਕੇ ਪਹਿਲੇ ਨੰਬਰ ਤੇ ਆ ਲੌਰੀਅਲ ਕੰਪਨੀ ਦੀਆਂ ਔਰਤਾਂ ਅਮੀਰਾਂ ਚ ਸੰਸਾਰ ਦੇ ਅਮੀਰਾਂ ਚ ਜਿੰਨੇ ਵੀ ਪ੍ਰੋਡਕਟ ਤੁਹਾਨੂੰ ਮੈਂ ਦਿਖਾਉਂਗਾ ਇਹ ਸਾਰੇ ਫਰਾਂਸ ਦੇ ਆ ਪੜ੍ਹਦੇ ਹੋ ਕੰਮ ਆ ਜੂਗਾ ਕਿਤੇ ਜ਼ਿੰਦਗੀ ਚ ਲੌਰੀਅਲ ਗਾਰਨੀਅਰ ਹਨਾ ਸ਼ਨੇਲ ਚਨੇਰ ਗੋਵੈਂਚੀ ਹੈ ਇਹਨਾਂ ਸਾਰਿਆਂ ਪ੍ਰੋਡਕਟਾਂ ਦਾ ਮੁ슬ਮੰਦੀਆਂ ਕੰਟਰੀਆਂ ਦੇਖ ਲਓ ਮੁ슬ਮਮਾਬਾਦੀ ਕਿੰਨੀ ਸੰਸਾਰ 'ਚ ਸਾਰੀਆਂ ਦਾ ਬਾਇਕਾਟ ਹੋ ਰਿਹਾ ਹੈ ਸੰਸਾਰ 'ਚ ਕਿਉਂਕਿ ਉਹਨਾਂ ਨੇ ਮੁਹੰਮਦ ਸਾਹਿਬ ਜੀ ਦੀ ਕਾਰਟੂਨ ਦਾ ਰੌਲਾ ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਚੱਲਦਾ ਆ ਹੈਨਾ ਤੇ ਆ ਹੁਣ ਪਿੱਛੇ ਜਾ ਇੱਕ ਸਕੂਲ 'ਚ ਕੁਛ ਕੀਤਾ ਹੈਨਾ ਤੇ ਇਹ ਜਿੰਨੇ ਵੀ ਪ੍ਰੋਡਕਟ ਸਾਰੇ ਫਰਾਂਸ 'ਚ ਬਣਦੇ ਆ ਤੇ ਇਹ ਵਾਲੇ ਪ੍ਰੋਡਕਟ ਸਾਰੇ ਹੀ ਫਰਾਂਸ ਦੇ ਆ ਇਹ ਇਹਨਾਂ ਦਾ ਬਾਈਕਾਰਡ ਮੁਸਲਮਾਨ ਕੰਟਰੀਆਂ ਜੀ ਟੋਟਲੀ ਹੋ ਰਿਹਾ ਤੇ ਫਰਾਂਸ ਸਰਕਾਰ ਨੇ ਆਪਣੇ ਵਸ਼ਿੰਦਿਆਂ ਨੂੰ ਵੀ ਕਹਿ ਦਿੱਤਾ ਸचेत ਰਹੋ ਤੁਹਾਡੇ ਤੇ ਵੀ ਹਮਲੇ ਹੋ ਸਕਦੇ ਆ ਯਾਰ ਪੰਗੇ ਤਾਂ ਤੁਸੀਂ ਆਪ ਲੈਣੇ ਆ ਗੋਰੇ ਹਨਾ ਵੀ ਤੁਸੀਂ ਕਹਦੇ ਕਿਸੇ ਦੇ ਧਰਮ ਨਾਲ ਹਨਾ ਅਗਲਾ ਕਿਸੇ ਧਰਮ ਨੂੰ ਮੰਨਦਾ ਜੋ ਮਰਜੀ ਕਰੇ ਤੁਸੀਂ ਅਗਲੇ ਦੇ ਧਰਮ ਨਾਲ ਕਹਦੇ ਇਦਾਂ ਪੰਗੇ ਲੈਣੇ ਫਿਰ ਛੱਤਰ ਖਾਣ ਵਾਲੇ ਤਾਂ ਕੰਮ ਆਪੀ ਕਰਦੇ ਆ ਹਨਾ ਤੇ ਬਾਕੀ ਕੁਵੈਤ ਹੋਇਆ ਹੋਰ ਕੰਟਰੀ ਅਰਬ ਕੰਟਰੀਆਂ ਨੇ ਮਾਈਕਾਟ ਕਰਤਾ ਆ ਮਾਰਕੀਟਾਂ ਚੋਂ ਮੈਂ ਕੁਐਦ ਦੀਆਂ ਤਸਵੀਰਾਂ ਦੇਖਦਾ ਸੀ ਮਾਰਕੀਟਾਂ ਚੋਂ ਸਾਮਾਨ ਚੱਕ ਲਿਆ ਆ ਜੋ ਵੀ ਫਰਾਂਸ ਦਾ ਆ ਇਹ ਫਰਾਂਸ ਦੀਆਂ ਕਾਰਾਂ ਦੀਆਂ ਕੰਪਨੀਆਂ ਆ ਹਨਾ ਇਹ ਹੈਗੇ ਸਗੇ ਮੇਕਅਪ ਪ੍ਰੋਡਕਟ ਤੇ ਇੱਧਰ ਤੁਸੀਂ ਦੇਖ ਸਕਦੇ ਸਾਰਾ ਹੀ ਕੁਛ ਫਰਾਂਸ ਦਾ ਆ ਤੇ ਆ ਦਹੀਂ ਤੁਸ ਤੁਹਾਨੂੰ ਇਹਨਾਂ ਦੇਖਿਆ ਹੀ ਹੋਣਾ ਹਨਾ ਸਾਰਾ ਤੇ ਇੱਦਾਂ ਆ ਜੀ ਤੇ ਹੁਣ ਫਰਾਂਸ ਆ ਲਿਓ ਪੰਗੇ ਵੀ ਤੁਸੀਂ ਆਪ ਹੀ ਲਿਆ ਆ ਬਹਿਲ ਮuje ਮਾਰੋ ਸਾਹਬ ਤਾਬ ਤੁਸੀਂ ਕੀਤਾ ਤੇ ਹੁਣ ਭੁਗਤੋ ਹੈ ਉਹ ਗਤੇ ਨਤੀਜੇ ਮਖਸੂਸ ਬੁਰੀਆ ਕੰਟਰਾ ਦਾ ਧੰਨਵਾਦ ਬਰਸੇਲੋ ਵਾਲੇ ਸੋਨੂੰ ਭਾਜੀ ਕਹਿੰਦੇ ਆ ਫਲੇਮ ਗ੍ਰਿਲ ਚਿਕਨ ਖਾਓ ਜੀ ਬਿਨਾ ਤੇਲ ਤੋਂ ਤੇ ਇੱਕ ਵਾਰੀ ਜਾਓ ਤੇ ਬੈਜੀ ਆਪਸ਼ਨ ਵੀ ਹੈਗੇ ਬਰਸੇਲੋ ਦੀ ਕੈਨੇਡਾ ਵਾਈਡ ਲੋਕੇਸ਼ਨਾਂ ਤੇ ਜਾ ਕੇ ਤੁਸੀਂ ਨਜ਼ਾਰੇ ਲੈ ਸਕਦੇ ਨਿਊ ਮਿਲੀਨੀਅਮ ਟਾਇਰ ਵਾਲੇ ਭਾਜੀ ਕਹਿੰਦੇ ਪੋਰਟਕਲ ਸਰੀ ਤੇ ਆਪਸਪੋਰਟ ਦੀਆਂ ਲੋਕੇਸ਼ਨਾਂ ਬ੍ਰੇਕ ਰਿਪੇਅਰ ਰੇਸੀ ਰਿਪੇਅਰ ਟਾਇਰ ਇੰਸਟਾਲੇਸ਼ਨ ਟਾਇਰ ਰਿਪੇਅਰ ਤੁਸੀਂ ਗਰਾ ਸਕਦੇ ਆ ਸੋ ਗੱਡੀਆਂ ਨਿਊ ਮਿਲੇਨੀਅਮ ਟਾਇਰ ਤੇ ਲਿਜਾਓ ਤੇ ਵਿੱਚ ਮੁਰਗੇ ਬੈਠ ਕੇ ਖਾਓ ਆਜੋ ਹੋਰ ਖਬਰਾਂ ਵੀ ਦਿਖਾਉਣੇ ਆ ਤੁਹਾਨੂੰ ਤੇ ਬਾਕੀ ਜਿੰਨੀਆਂ ਵੀ ਮਤਲਬ ਭਈ ਦੁਨੀਆ 'ਚ ਕਹਿ ਸਕਦੇ ਆ ਹਨਾ ਪੰਜਾਬੀ ਨਹੀਂ ਜਿੰਨੀਆਂ ਵੀ ਕੁੜੀਆਂ ਆ ਹਰ ਇੱਕ ਦਾ ਇਹੀ ਹੁੰਦਾ ਵੀ ਬਾਈ ਮੇਕੋ ਟੈਡੀ ਬੀਅਰ ਹੋਵੇ ਟੈਡੀ ਬੀਅਰ ਹੋਵੇ ਹਨਾ ਮਤਲਬ ਇਹ ਵਾਲਾ ਹਿੱਸਾ ਸਪੈਸ਼ਲ ਕੁੜੀਆਂ ਨੂੰ ਦਿਖਾ ਦਿਓ ਵੀ ਪਤਾ ਲੱਗ ਜੂ ਜਿਹੜਾ ਟੈਡੀ ਬੀਅਰ ਉਹਨੂੰ ਟੈਡੀ ਕਹਾਤੇ ਕਹਿੰਦੇ ਆ ਹਨਾ ਵੀ ਨੌਲੇਜ ਵਾਲੀ ਗੱਲ ਹੈ ਆ ਤੁਹਾਡੇ ਸਾਹਮਣੇ ਟੈਡੀ ਬੀਅਰ ਇਹਦੇ ਹੱਥ 'ਚ ਇਹ ਬੰਦਾ ਕੌਣ ਆ ਇਹ ਬੰਦਾ ਜੀ ਰੂਜ਼ਵੈਲਟ ਹੋਇਆ ਅਮਰੀਕਾ ਦਾ ਰਾਸ਼ਟਰਪਤੀ ਇੱਕ ਵਾਰੀ ਸ਼ਿਕਾਰ ਕਰਨ ਗਿਆ ਇਹਨੂੰ ਇੱਕ ਬੀਅਰ ਦਿਸਿਆ ਹਨਾ ਭਾਲੂ ਤੇ ਇਹਨੇ ਉਹਨੂੰ ਗੋਲੀ ਚਲਾਉਣ ਤੋਂ ਨਾ ਕਰਤੀ ਤੇ ਇੱਕ ਬੰਦੇ ਨੇ ਫੇਰ ਆਈਡੀਆ ਲੈ ਕੇ ਭਾਲੂ ਬਣਾਉਣੇ ਸ਼ੁਰੂ ਕਰਤੇ ਤੇ ਉਹਨਾਂ ਦਾ ਮਤਲਬ ਖਡਾਉਣੇ ਬਣਾਉਣੇ ਸ਼ੁਰੂ ਕਰਤੇ ਤੇ ਉਹਨਾਂ ਦਾ ਨਾਂ ਰੱਖਿਆ ਟੈਡੀ ਇਹ ਬੰਦਾ ਅਮਰੀਕਾ ਦਾ ਰਾਸ਼ਟਰਪਤੀ ਆ ਇਹ ਟੈਡੀ ਦਾ ਨਿਕਨੇਮ ਸੀ ਤੇ ਟੈਡੀ ਬੀਅਰ ਦੀ ਸ਼ੁਰੂਆਤ ਇਸ ਦੇ ਨਾਮ ਤੋਂ ਹੋਈ ਸੀ ਤੇ ਅੱਜ ਇਸ ਦਾ ਜਨਮ ਦਿਨ ਹੈ 27 ਅਕਤੂਬਰ ਨੂੰ ਇਹਦਾ ਜਨਮ ਹੋਇਆ ਸੀ ਇਸ ਅਮਰੀਕਾ ਦੇ ਰਾਸ਼ਟਰਪਤੀ ਦਾ ਓਕੇ ਜੀ ਤੇ ਟੈਡੀ ਬੀਅਰ ਇਸ ਦਾ ਨਿਕਨੇਮ ਟੈਡੀ ਸੀ ਅਮਰੀਕਾ ਦੇ ਰਾਸ਼ਟਰਪਤੀ ਦਾ ਟੈਡੀ ਬੀਅਰ ਟੈਡੀ ਨੂੰ ਤਾਂ ਕਹਿੰਦੇ ਆ ਟੈਡੀ ਤਾਂ ਕਹਿੰਦੇ ਆ ਬਰਾਹੋ ਨੋਕਰੀ ਲੋਕ ਵਸਦੇ ਆ ਗਈ ਅਮਰੀਕਾ ਚ ਇੱਕ ਆ ਬੰਦਾ 120 ਵੋਟਾਂ ਸੀ ਇਹ ਚ ਤੇ ਬੰਦਾ ਅੱਗ ਲਾ ਕੇ ਭੱਜ ਗਿਆ 120 ਵੋਟਾਂ ਹੁਣ 트럼ਪ ਨੂੰ ਸੀ ਕਿਹਨੂੰ ਸੀ ਸਾਨੂੰ ਨਹੀਂ ਪਈ ਪਤਾ ਕਿਹਨੂੰ ਪਈਆਂ ਸੀ ਬੋਸਟਨ ਦੀ ਇਹ ਖਬਰ ਆ ਤੇ ਪਤੰਦਰ ਦਾ ਵੈਲਟ ਡਰੋ ਬਾਕਸ ਨੂੰ ਅੱਗ ਲਾ ਕੇ ਭੱਜ ਗਿਆ ਤੇ 120 ਵੋਟਾਂ ਬੰਦਿਆਂ ਨੇ ਜਿਨ੍ਹਾਂ ਨੇ ਪਾਈਆਂ ਸੀ ਉਹਨਾਂ ਦਾ ਤਾਂ ਖੇ ਖਲਾਰਾ ਕਰ ਗਿਆ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਆ ਤੇ ਹੁਣ FBI ਇਹਦੇ ਪਿੱਛੇ ਪੈ ਗਈ ਆ ਵੀ ਇਹ ਕੌਣ ਕਾਰਾ ਕਰ ਗਿਆ ਹਨਾ ਕੋਈ ਸ਼ਰਾਰਤੀ ਹੀ ਕਰ ਗਿਆ 120 ਵੋਟਾਂ ਸੀਗੀਆਂ ਬੋਸਟਨ ਅਮਰੀਕਾ ਚ ਤੇ ਅੱਗ ਲਾ ਗਿਆ ਉਹਨਾਂ ਨੂੰ ਦੇਖ ਸਕਦੇ ਆ ਇੱਕ ਹੋਰ ਖਬਰ ਰਹਿ ਗਈ ਤੇ ਆ ਦੇਖ ਸਕਦੇ ਹੋ ਤੁਸੀਂ ਭਈ ਜਿਨ੍ਹਾਂ ਨੇ ਜਿਹੜੇ ਪ੍ਰੋਟੈਸਟ 'ਚ ਬੋਲੇ ਆ ਫਰਾਂਸ ਦੇ ਰਾਸ਼ਟਰਪਤੀ ਦੇ ਵਿਰੁੱਧ ਜੋ ਵੀ ਹੈ ਨਾ ਫਰਾਂਸ ਦੀ ਸਰਕਾਰ ਦੇ ਵਿਰੁੱਧ ਭਈ ਇਹ ਜਿੰਨੇ ਸਾਰੇ ਮੁਸਲਿਮ ਮਿਲ ਗਿਆ ਭਈ ਨੇ ਸਟੈਂਡ ਲੈ ਲਿਆ ਭਈ ਆਪਾਂ ਹਨਾ ਧਰਨ ਹਲਾ ਕੇ ਰੱਖਣੀਆਂ ਹੁਣ ਫਰਾਂਸ ਦੀ ਇਹ ਦੇਖ ਸਕਦੇ ਆ ਤੁਸੀਂ ਤੇ ਫਰਾਂਸ ਵਾਲਿਓ ਪੰਗੇ ਤੁਸੀਂ ਨਾ ਲੈਂਦੇ ਤੇ ਨਾ ਇਹ ਹੁੰਦਾ ਹਨਾ ਤੇ ਅੱਗਾ ਚਲੋ ਸ਼ੁਕਰੀਆ ਤੁਸੀਂ ਸਬਸਕ੍ਰਾਈਬ ਕਰ ਸਕਦੇ ਆ YouTube ਤੇ ਵੀ ਹਿੰਦੀ ਜਸਵਾਲ ਜਿਹੜੇ ਮਦਦ ਨਹੀਂ ਕਰ ਸਕਦੇ YouTube ਤੇ ਭਰਵ ਮਸ਼ਹੂਰੀਆਂ ਹੀ ਦੇਖ ਲਿਆ ਕਰੋ ਉਹੀ ਇੱਕ ਤਰ੍ਹਾਂ ਦੀ ਮਦਦ ਆ ਤੇ ਬਾਕੀ ਆਉਣਿਆਂ ਜੀ ਹਿੰਦੀ ਰੇਡੀਓ ਤੇ ਅੱਧੇ ਘੰਟੇ ਤੱਕ ਆ ਜਾਓ ਫਿਰ ਮਿਲਦੇ ਹਿੰਦੀ ਰੇਡੀਓ ਤੇ ਬਿਸ਼ਾ ਰੱਖ ਕੇ 236 412 ਜੀ 2325 ਦੇ WhatsApp ਤੁਸੀਂ ਵੀ ਕਾਲ ਕਰ ਸਕਦੇ ਆ ਮਿਲਦੇ ਹਿੰਦੀ ਰੇਡੀਓ ਤੇ ਅੱਧੇ ਘੰਟੇ ਬਾਅਦ ਹੱਸਦੇ ਰੋ ਬਾਦਦੇ ਰੋ ਤੁਹਾਡਾ ਆਪਣਾ ਹਿੰਦੀ ਜਸਵਾਲ ਪਿੰਡ ਨਰੂੜ ਅਦਿਓਸ ਪਿੰਡ ਨਰੂੜ ਅਦਿਓਸ ਆ ਜਾਓ ਫਿਰ ਹਿੰਦੀ ਰੇਡੀਓ ਤੇ ਮਿਲਦੇ ਆ ਸ਼ੇਅਰ ਕਰ ਦਿਓ ਜੀ ਸਾਰਿਆਂ ਗਰੁੱਪਾਂ 'ਚ ਪਤਾ ਲੱਗੇ ਪਈ ਭਾਈ ਦਰਸ਼ਨ ਸਿੰਘ ਫੇਰੂਮਾਨ ਜੀ ਸਾਡੇ ਖਾਤਰ ਛੀਦ ਹੋਏ ਤੇ ਸਾਨੂੰ ਨਹੀਂ ਪਤਾ ਤੇ ਪਤਾ ਲੱਗਣਾ ਚਾਹੀਦਾ ਆ ਅਦਿਓ